मूवी काफ़ी अच्छी थी, थोड़ा साउथ का टच था, वीएफएक्स कमाल के थे और एक्टिंग तो बहुत अच्छी की थी। किसकी एक्टिंग बढ़िया लगी? एक्टिंग अमिताभ बच्चन जी की और नागार्जुन की अच्छी की थी उन्होंने। 5 में से कितने स्टार दोगे? 5 में से आप चाहे 4 दे दो या 5 में से 5। ब्रह्मास्त्र ਕਿਵੇਂ ਲੱਗੀ? ਬਹੁਤ ਵਧੀਆ ਲੱਗੀ। ਰਣਵੀਰ ਕਪੂਰ ਦੀ ਐਕਟਿੰਗ ਬਹੁਤ ਵਧੀਆ ਲੱਗੀ ਸਾਨੂੰ, ਮੈਨੂੰ ਬਹੁਤ ਪਸੰਦ ਆ ਰਣਵੀਰ ਕਪੂਰ, ਉਸ ਕਰਕੇ ਅਸੀਂ ਫਿਲਮ ਦੇਖਣ ਆਏ। ਔਰ ਰਣਵੀਰ ਕਪੂਰ ਦੇ ਇਲਾਵਾ ਕਿੰਦੀ ਐਕਟਿੰਗ ਵਧੀਆ ਲੱਗੀ? ਆਲੀਆ ਭੱਟ ਦੀ ਵੀ ਬਹੁਤ ਵਧੀਆ ਸੀਗੀ, ਅਮਿਤਾਭ ਬੱਚਨ ਸਰ ਦੀ ਵੀ ਬਹੁਤ ਵਧੀਆ ਸੀਗੀ, ਤੇ ਆਪਣਾ ਨਾਗਰਜਨ ਸਰ ਦਾ ਮੈਂ ਬਹੁਤ ਬੜਾ ਫੈਨ। ਫਿਲਮ ਵਿੱਚ ਐਨੀਮੇਸ਼ਨ ਕੁਝ ਜ਼ਿਆਦਾ ਨਹੀਂ ਆ? ਵੀਐਫਐਕਸ ਵਧੀਆ ਸੀਗੀ ਯਾਰ, ਜਿੱਦਾਂ ਕਿ ਆਪਣੇ ਇੰਡੀਆ 'ਚ ਬਹੁਤ ਘੱਟ ਹੈ ਯੂਜ਼ ਸਾਊਥ ਕਲਚਰ ਮੂਵੀ, ਤੇ ਪਹਿਲੀ ਵਾਰ ਇਹ ਕਿਆ ਕਹਿੰਦੇ ਇਹਨਾਂ ਨੇ ਏਡੀ ਬੜੀ ਫਿਲਮ ਤਿਆਰ ਕੀਤੀ ਤਾਂ ਬਹੁਤ ਵਧੀਆ। ਥੰਬਸ ਅਪ। ਤੁਹਾਨੂੰ ਮੂਵੀ ਕਿਸ ਤਰ੍ਹਾਂ ਲੱਗੀ? ਬਹੁਤ ਵਧੀਆ ਲੱਗੀ। ਕੀ ਲੱਗਿਆ ਖਾਸ? ਖਾਸ ਬਸ ਹੀ ਐਕਟਿੰਗ ਦਾ ਫੈਨ ਹੈ ਜੀ ਬਸ। 5 ਚੋਂ ਕਿੰਨੇ ਸਟਾਰ ਦੋਗੇ? 4 ਦੋਗੇ। ਥੈਂਕ ਯੂ। ਮੇਰੇ ਵੱਲੋਂ 5 ਦੀ। ਕਿਸ ਤਰ੍ਹਾਂ ਲੱਗੀ ਜੀ? ਕੀ ਲੱਗਿਆ ਖਾਸ? ਸਾਰਾ ਕੁਝ ਹੀ ਵਧੀਆ ਹੀ ਹੈ ਜੀ। ਐਕਟਿੰਗ ਕਿੰਨੀ ਵਧੀਆ ਲੱਗੀ? ਜਿਹਨੇ ਮਿਹਨਤ ਕਰੀ ਹੈ ਚਲੋ ਉਹਦੇ ਵਾਸਤੇ ਚੰਗੀ ਐਕਟਿੰਗ ਕਿੰਨੀ ਵਧੀਆ ਲੱਗੀ? रणवीर कपूर की बढ़िया। अच्छा, 5 चो कि स्टार? 5 चो 5।